ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਇੱਕ ਹੋਰ ਕੰਪੇਰਿਜ਼ ਲੈ ਕੇ ਆਏ ਹਾਂ, ਚਾਟ ਭਵਨ ਅਤੇ ਵੈਜੀ ਕਜ਼ੀਨ। ਇਹਨਾਂ ਕੋਲ ਦੋਵਾਂ ਕੋਲ ਸੇਮ ਹੈਗੀ ਆ ਥਾਲੀ, ਬੇਲ ਥਾਲੀ, ਉਹ ਅਸੀਂ ਲੈ ਕੇ ਆਉਂਦੀ ਹਾਂ ਅਤੇ ਦੇਖਦੇ ਹਾਂ ਕਿਹੜੀ ਜ਼ਿਆਦਾ ਸਵਾਦ ਹੁੰਦੀ ਆ ਅਤੇ ਕਿਹੜੀ ਮੀਡੀਅਮ ਜੀ ਰਹਿੰਦੀ ਆ। ਅਤੇ ਚਲੋ ਤੁਹਾਨੂੰ ਖੋਲ੍ਹ ਕੇ ਦਿਖਾਓ। ਚਾਟ ਭਵਨ ਨੇ ਦਿੱਤੀ ਆ 1, 2, 3, 4, 5, 6, 7, 8, 9, 10, 11 ਪਰੌਂਠਾ ਅਤੇ ਇੱਕ ਪਾਪੜ। ਅਤੇ ਵੈਜੀ ਕਿਸੀ ਨਾਲ ਦਿੱਤੀ ਆ 1, 2, 3, 4, 5, 6, 7, 8, 9, 10, 11, 12। ਓਕੇ, ਆ ਵੈਜੀ ਕਿਸੀ ਦੀ ਆਪਾਂ ਲੱਸੀ ਟਰਾਈ ਕਰਦੇ ਹਾਂ। ਠੀਕ ਹੈ, ਜਿੱਦਾਂ ਦੀ ਆਪਾਂ ਬਾਹਰੋਂ ਨਹੀਂ ਲੈਂਦੇ ਹੁੰਦੇ ਉੱਦਾਂ ਦੀ, ਇਹੋ ਜਿੱਦਾਂ ਗਰੋਸਰੀ ਸਟੋਰਾਂ 'ਤੇ ਪਏ ਨਹੀਂ ਹੁੰਦੇ, ਆਪ ਨਹੀਂ ਬਣਾਈ ਲੱਗਦੀ। ਚਲੋ ਬਾਕੀ ਸਬਜ਼ੀਆਂ ਕਰਦੇ। ਦੋਨਾਂ ਦਾ ਪ੍ਰਾਈਜ਼ ਸਾਨੂੰ ਉਹਨਾਂ ਨੇ ਲਾਇਆ ਆ 16 ਰੁਪਿਆ। ਆਪਾਂ ਬੇਲ ਬਣਾਉਂਦੇ ਹਾਂ। ਖਾਣ 'ਚ ਬੜੀ ਸਵਾਦ ਹੈ। ਇਹਨਾਂ ਨੇ ਵਧੀਆ ਕੀਤਾ, ਸੌਸਾਂ ਉਹਦੇ ਵਿੱਚ ਨਹੀਂ ਪਾਈਆਂ ਅਤੇ ਫਿਰ ਜਿਹੜਾ ਸੌਗੀ ਜਿਹਾ ਹੋ ਜਾਣਾ ਸੀ ਅਤੇ ਬੜਾ ਕਰੰਚੀ ਆ ਇਸ ਟਾਈਮ ਅਤੇ ਸਵਾਦ ਹੈ ਖਾਣ 'ਚ। ਵੀਡੀਓ ਤਾਂ ਖਾਈ ਜਾਵਾਂ। ਆਪਾਂ ਅਗਲੀ ਆਈਟਮ ਵੀ ਟਰਾਈ ਕਰਨੀ ਆ। ਚਲੋ ਇਹਨਾਂ ਦੀ ਅਗਲੀ ਆਈਟਮ ਟਰਾਈ ਕਰਨੀ। ਵਧੀਆ ਕੀਤੀ ਹੋਈ ਇਹਨਾਂ ਨੇ, ਟਾਈਮ ਲੱਗਦਾ ਥੋੜ੍ਹਾ। ਐਡਾ ਵੱਡਾ ਇਹਨਾਂ ਦਾ ਪਰੌਂਠਾ ਆ, ਮੇਰੇ ਮੂੰਹ ਤੋਂ ਵੱਡਾ ਇਹਨਾਂ ਦਾ ਪਰੌਂਠਾ, ਦੇਖ ਲਓ। ਆਹ ਟਰਾਈ ਕੀਤੀ ਆ, ਆਪਾਂ ਬਣਾਈ ਆ ਮਿਕਸ ਦੀ ਸਬਜ਼ੀ ਦੀ, ਅਰਬੀ ਦੀ ਬੋਲਕੀ। ਆਹ ਪਨੀਰ ਦੀ ਬਣਾਵਾਂਗੇ ਆਪਾਂ। ਪਨੀਰ ਮਿੱਠਾ ਆ, ਅਰਬੀ ਦਾ ਸਵਾਦ ਸੀ ਅਤੇ ਕੜੀ। ਕੜੀ ਵੀ ਬਹੁਤ ਸਵਾਦ ਹੈ, ਮੈਂ ਖਾਧਾ ਨਹੀਂ, ਦਹੀਂ ਵੀ ਖਾ ਕੇ ਦੇਖਦੀ ਹਾਂ। ਦਹੀਂ ਲਾਈ ਠੀਕ ਠਾਕ ਰਿਹਾ ਹੀ ਆ ਅਤੇ ਇਹਨਾਂ ਦੀ ਖੀਰ ਖਾਧੀ ਜਾਊਗੀ। ਆ ਦੇਖੋ ਇਹਨਾਂ ਦੇ ਵਿੱਚ ਬਦਾਮ ਵੀ ਪਾਏ ਹੋਏ ਆ ਖੀਰ ਦੇ ਵਿੱਚ, ਆ ਦੇਖੋ। ਅਤੇ ਖੀਰ ਠੀਕ ਹੈ, ਮਿੱਠਾ ਵੀ ਘੱਟ ਹੈ ਅਤੇ ਖਾਣ 'ਚ ਠੀਕ ਹੈ, ਬਾਹਲੀ ਸਵਾਦ ਨਹੀਂ ਹੈਗੀ, ਠੀਕ ਜੀ ਆ, ਐਵਰੇਜ ਆ। ਉਹ ਸੂਜੀ ਦਾ ਕੜਾਹ ਆ ਅਤੇ ਕੜਾਹ ਵੀ ਠੀਕ ਆ। ਚਲੋ ਹੁਣ ਚਾਟ ਭਵਨ ਆਹ ਇਹਨਾਂ ਦੀ ਵੀ ਲੱਸੀ ਟਰਾਈ ਕਰਦੇ ਹਾਂ। ਵਾਓ, ਇਹਨਾਂ ਦੀ ਲੱਸੀ ਜ਼ਿਆਦਾ ਸਵਾਦ ਆ, ਇਹਨਾਂ ਦੇ ਵਿੱਚ ਆਹ ਮੈਨੂੰ ਲੱਗਦਾ ਮਿੰਟ ਵੀ ਪਾਈ ਹੋਈ ਆ ਅਤੇ ਜ਼ਿਆਦਾ ਵਧੀਆ ਫਲੇਵਰ ਆਉਂਦਾ ਪਿਆ। ਵਾਓ, ਮਿੱਠੇ ਚੌਲ ਆ, ਸਵਾਦ ਹੈ ਉਹਨਾਂ ਦੀ ਖੀਰ ਨਾਲੋਂ ਅਤੇ ਕੜਾਹ ਨਾਲੋਂ ਜ਼ਿਆਦਾ ਸਵਾਦ। ਇਹਦੇ ਵੀ ਦਿੱਤੇ ਆ ਇਹਨਾਂ ਦੇ ਨਾਲ ਰਾਜਮਾਂਹ ਦਿੱਤੇ ਆ, ਕੜੀ ਆ, ਇਹਨਾਂ ਦੀ ਕੜੀ ਵਧੀਆ ਲੱਗਦੀ ਪਈ ਦੇਖਣ 'ਚ ਵੀ। ਅਤੇ ਇਹਨਾਂ ਨੇ ਨਾਲ ਦਿੱਤੇ ਆਲੂ ਮੇਥੀ, ਫੁੱਲ ਮਖਾਣੇ ਜਿਹੜੇ ਉਹ ਪਾਏ ਹੋਏ ਆ। ਪਰੌਂਠਾ ਸਾਈਜ਼ 'ਚ ਵੀ ਛੋਟਾ ਆ ਅਤੇ ਉੱਦਾਂ ਵੀ ਹਲਕਾ ਆ, ਜਿੱਦਾਂ ਤੁਸੀਂ ਵੀਡੀਓ 'ਚ ਦੇਖ ਸਕਦੇ। ਜਿਹੜਾ ਚਾਟ ਭਵਨ ਵਾਲਿਆਂ ਦਾ ਹਲਕਾ ਵੀ ਆ ਲਾਈਕ, ਅਤੇ ਨਾਲੇ ਪਤਲਾ ਆ ਅਤੇ ਨਾਲੇ ਵੱਡਾ ਵੀ ਨਹੀਂ ਆ, ਅਤੇ ਇਹਨਾਂ ਦਾ ਭਾਰਾ ਵੀ ਆ ਅਤੇ ਨਾਲੇ ਜ਼ਿਆਦਾ ਵੱਡਾ ਆ। ਚਾਰ ਵੀ ਦਿੱਤਾ ਆ ਗਾਈਸ। ਆਹ ਮੈਂ ਪਹਿਲੀ ਵਾਰ ਖਾ ਰਹੀ ਹਾਂ ਮਟਰ ਵਿਦ ਆਹ ਫੁੱਲ ਮਖਾਣੇ ਅਤੇ ਫੁੱਲ ਮਖਾਣੇ, ਖਾ ਕੇ ਦੇਖਣਾ ਚਾਹੁੰਦੀ ਕਿੱਦਾਂ ਦਾ। ਬੜੀ ਸਵਾਦ ਆ, ਇਹਨਾਂ ਨੇ ਵੀ ਪਕੌੜਾ ਤਾਂ ਕੋਈ ਨਹੀਂ ਦਿੱਤਾ ਪਰ ਉੱਦਾਂ ਬੜੀ ਥਿੱਕ ਹੈ ਇਹਨਾਂ ਦੀ ਕੜੀ। ਕੜੀ ਇਹਨਾਂ ਦੀ ਜ਼ਿਆਦਾ ਸਵਾਦ ਆ ਕਿਉਂਕਿ ਮੇਥੀ ਜਿਹੜੀ ਆਲੂ ਮਿਰਚ ਇਹਨਾਂ ਦੀ ਠੀਕ ਠਾਕ ਆ, ਰਾਜਮਾਂਹ ਵੀ ਥਿੱਕ ਆ, ਵਧੀਆ ਲੱਗਦੇ ਬਣੇ। ਵਾਓ, ਦਹੀਂ ਦਾ ਵਾਓ, ਜਿੱਦਾਂ ਇੰਡੀਆ ਵਿਆਹਾਂ ਤੋਂ ਨਹੀਂ ਮਿਲਦਾ ਹੁੰਦਾ ਸੇਮ, ਸਾਰੇ ਜਣੇ ਬੈਠੇ ਖਾਂਦੇ ਪਏ ਸੀ ਅਤੇ ਸੋਚਦੇ ਪਏ ਸੀ ਕਿ ਦੋਨਾਂ ਦਾ 19 ਦਾ ਹੀ ਫਰਕ ਹੈ ਅਤੇ ਜ਼ਿਆਦਾ ਵਧੀਆ ਸੀ, ਦੋਨੇ ਸੇਮ ਹੀ ਆ। ਜਿੱਦਾਂ ਇਹਨਾਂ ਚਾਟ ਭਵਨ ਦੀ ਮੈਨੂੰ ਲੱਸੀ ਪਸੰਦ ਆਈ ਆ ਅਤੇ ਵੈਜੀ ਕਿਸੀ ਨਾਲ ਲੱਸੀ ਮੈਨੂੰ ਨਹੀਂ ਪਸੰਦ ਆਈ, ਅਤੇ ਜਿਹੜੀ ਬੇਲਪੁਰੀ ਸੀ ਉਹ ਮੈਨੂੰ ਵੈਜੀ ਕਿਸੀਨ ਦੀ ਪਸੰਦ ਆਈ ਆ, ਚਾਟ ਭਵਨ ਦੀ ਨਹੀਂ ਪਸੰਦ ਆਈ। ਅਤੇ ਮਿੱਠੇ ਵਿੱਚ ਵੀ ਮੈਨੂੰ ਚਾਟ ਭਵਨ ਵਧੀਆ ਲੱਗਾ ਅਤੇ ਦਾਲਾਂ ਸਬਜ਼ੀਆਂ ਦਾ ਟੇਸਟ ਸੇਮ ਆ ਜਿੱਦਾਂ ਉਹਨਾਂ ਦਾ ਸੀ ਇਕੁਅਲ ਆ, ਅਤੇ ਦੋਨਾਂ 'ਚ ਹਾਂ ਪਰੌਂਠਾ ਉਹਨਾਂ ਦਾ ਜ਼ਿਆਦਾ ਸਵਾਦ ਸੀ ਚਾਟ ਵੈਜੀ ਕਿਸੀਨ ਵਾਲਿਆਂ ਦਾ, ਅਤੇ ਨਾ ਕੋਈ ਜਿੱਤਿਆ ਅਤੇ ਨਾ ਕੋਈ ਹਾਰਿਆ, ਅਤੇ ਦੋਨੇ ਸੇਮ ਪਲੇਸ 'ਤੇ ਹੀ। ਠੀਕ ਹੈ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਫੂਡ ਦੇ ਰਿਵਿਊ ਦੇ ਵਿੱਚ। ਇਹਦੇ ਵਿੱਚ ਕਿਸੇ ਦੀ ਕੋਈ ਪ੍ਰਮੋਸ਼ਨ ਨਹੀਂ ਸੀ ਅਤੇ ਉਹ 'ਤੇ ਜਿਸ ਮੈਂ ਆਪਣਾ ਓਪੀਨੀਅਨ ਦਿੰਦੀ ਹਾਂ। ਦੱਸਿਓ ਕਿ ਮੈਂ ਅੱਗੇ ਕੀ ਟਰਾਈ ਕਰਾਂ ਅਤੇ ਹੋਰ ਜ਼ਿਆਦਾ ਪਿਆਰ ਦਿਓ ਸਾਨੂੰ। ਸਤਿ ਸ਼੍ਰੀ ਅਕਾਲ।